ਸ਼ਹੀਦ ਕਰਤਾਰ ਸਿੰਘ ਸਰਾਵਾ ਨਗਰ ਮਾਰਕੀਟ ਲੁਧਿਆਣਾ ਵਿਖੇ ਹੌਟ ਬ੍ਰੈਡ ਬੈਲ ਫਰਾਂਸ ਅਤੇ ਯੈਲੋ ਚਿੱਲੀ ਵਾਲੇ ਸਰਦਾਰ ਹਰਜਿੰਦਰ ਸਿੰਘ ਕੁਕਰੇਜਾ ਜੀ ਵੱਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਮਾਂ ਬੋਲੀ ਪੰਜਾਬੀ ਦੇ ਲਈ ਸੁਹਿਰਦਤਾ ਅਤੇ ਪਿਆਰ ਚ ਭਿੱਜੀ ਠੰਡੀ ਮਿੱਠੀ ਛਬੀਲ ਦੀ ਦਿਨ ਭਰ ਸੇਵਾ ਕੀਤੀ ਗਈ। ਇਸ ਮੌਕੇ ਉਹਨਾਂ ਵੱਲੋਂ ਮੇਰੀ ਮਾਂ ਬੋਲੀ ਪੰਜਾਬੀ ਸਭਾ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਨੂੰ ਮਾਂ ਬੋਲੀ ਦੇ ਪ੍ਰਚਾਰ ਲਈ ਸੱਦਾ ਦਿੱਤਾ ਗਿਆ। ਦੋਵਾਂ ਸੰਸਥਾਵਾਂ ਦੇ ਕਾਰਕੁਨਾਂ ਨੇ ਮਾਰਕੀਟ ਦੇ ਕਈ ਹਿੱਸਿਆਂ ਵਿਖੇ ਦਿਲ ਟੁੰਬਵੇ ਸੁਨੇਹਾ ਵਾਲੇ ਬੈਨਰ ਲਗਾਏ, ਨਾਲ ਹੀ ਪੰਜਾਬੀ ਪ੍ਰੇਮ ਲਈ ਪ੍ਰੇਰਿਤ ਕਰਦੀਆਂ ਲਿਖਤਾਂ ਵਾਲੀਆਂ ਤਖਤੀਆਂ ਫੜ ਕੇ ਕਾਰਕੁਨਾਂ ਨੇ ਲੋਕਾਂ ਨੂੰ ਹਲੂਣਾ ਅਤੇ ਹੌਕਾ ਦਿੱਤਾ। ਇਸ ਸੇਵਾ ਵਿਚ ਸਰਾਵਾ ਨਗਰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਵੀ ਨਾਲ ਖਲੋ ਕੇ ਆਪਣਾ ਯੋਗਦਾਨ ਪਾਇਆ। ਮਨਜੀਤ ਸਿੰਘ ਲੁਧਿਆਣਾ ਦੇ ਢਾਡੀ ਜਥੇ ਨੇ ਪੰਜਾਬੀ ਪ੍ਰੇਮ ਦੀਆਂ ਵਾਰਾਂ ਗਾ ਕੇ ਲੋਕਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹਰਬਖਸ਼ ਸਿੰਘ ਗਰੇਵਾਲ ਨੇ ਕਾਰਕੁਨਾਂ ਵੱਲੋਂ ਪਾਏ ਯੋਗਦਾਨ ਲਈ ਅਤੇ ਕੁਕਰੇਜਾ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਰਿਪੋਰਟ ਲੁਧਿਆਣਾ ਵਿਊ।